अज मन च आया थोड़े अर्थ करिए नॉर्मल जे ये शब्द अर्थ ये फिर जेड़े कमाया तुरे अपना आप गवाया दूजे नु सुख दिता जिन्हां ने फिर एक दुध वेचण आंदा है हिरदे च दर्द है वह भी जुड़ जाए आखो सत घर काम करने वाली है तू कि मूल मंत्र करेगी आखो सत वह भी जुड़ जाए ये 73वां भाग आप थोड़ा जा दर्शन कर रहे गुरमुख परोपकारी भाई सुथरे शाह जी उन्हां दा पहला गुण गुरु साहब ते पूरन श्रद्धा ते दवाने से गुरु दूजा इन्हां दे प्रचार दा ढंग बहुत नवेकला सी अज सुथरे शाह जी दे तीजे गुण दे दर्शन करियो एक सिखी जी चीज है मैं बोलन लगा वेखो हैगी है उहदा नां है दर्द साड़ी सिखी च बड़ी बड़ी चीज है दर्द गुरु समर्थ है मालक है पर तेरा बाजां आले नाल इन्ना प्यार होवे उस गुरु गोबिंद सिंह दे घर वास्ते भी सिख अंदर दर्द हो ये भाई सुथरे शाह जी का तीजा गुण गुरु घर दे लई नवे कला अंदर दर्द सी गज के आखो सर कि मेरे गुरु का कोई मैसेज कोई किसी होर रूप च ना लै लवे आखो सर जेड़े भाई वीर सिंह होर किन्ने रंगे राइटर उन अंदर दर्द है गुरु की गल होर एहो जे ढंग नाल पहुंचे सुन के प्यार वध वध बाबा नंद सिंह जी दर्द दर्द जिदी धन गुरु ग्रंथ साहब तो पूरी नहीं पई ओदी किधरों भी पूरी नहीं पएगी आ दर्द है आप साथ संगत जुड़े गुरु ग्रंथ साहब का पूर्ण सत्कार घर घर पहुंचे ये बाबे नंद सिंह दे दर्द ने कहण नूं कोई कुछ कवे पर बाबा नंद सिंह जी दा दर्द कोई अगर विचारेगा ना ते उन्होंने गुरु घर दे जुड़न दे विच बिजनेस आण ही नहीं दिता बिजनेस नहीं आण इत्ते वाजे ते लिफाफा नहीं वेखोगे आखो साथ नानक सर वाजे लिफाफा नहीं वेखो हां जी इन्नी बिजनेस कहते फिर पाठी दी बेटा ने बस्तर एक पागों दी चोला कशहर अजूरिया बिजनेस नहीं बढ़ी उथे नानक सर किसे सेवादार दी तनखा नहीं आखो सर किसे कीर्तन की तनखा सेवा करण वाले भी कई बारी महापुरुष दे हुंदे आ चीज चल जांदी उहदे वादों भी वह बिजनेस ना बढ़न देना यह बहुत वड्डी उहनां दी कमाई बोलदी है दर्द त्रिगत ना दा जीव आ जो लिख लिख वेचे ना
ਸ਼ਬਦ ਬੋਲਣਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਜਦੋਂ ਵਾਜੇ ਲੈ ਕੇ ਜਾਣਾ ਬੁਲਾਓ ਪ੍ਰਬੰਧਕਾਂ ਨੂੰ ਆ ਗਿਆ ਹੈ ਅਸੀਂ ਕਾਰਜ ਲਿਫਾਫਾ ਵੇਖਿਆ ਤੁਸੀਂ 10,000 ਘੱਟ ਧਰੇ ਆਖੋ ਸਾਧਨਾ ਉੱਥੇ ਇੱਕ ਘੜੀ ਨਾ ਮਿਲਤੇ ਆਖੋ ਸਾਧਨਾ ਬਾਬਾ ਜੀ ਨੇ ਬਿਜ਼ਨਸ ਨਹੀਂ ਬਣਨ ਦਿੱਤਾ ਅਧਰ ਤੇ ਬਾਬਾ ਈਸ਼ਵਰ ਸਿੰਘ ਜੀ ਪੰਜ ਪੰਜ ਜਗ੍ਹਾ ਇੱਕ ਦਿਨ ਚ ਅੰਮ੍ਰਿਤ ਸੰਚਾਰ ਪੰਜ ਪੰਜ ਜਗ੍ਹਾ ਦੀਵਾਨ ਇੱਕ ਜਥਾ ਅੱਗੇ ਭੇਜਣਾ ਇੱਕ ਉੱਥੇ ਲਾਉਣਾ ਬਾ ਆਪ ਕਥਾ ਕਰਨੀ ਉਹ ਜਥਾ ਅਗਲੇ ਪਿੰਡ ਜਿਹੜਾ ਆਪ ਉਠਾਇਆ ਉਹ ਉਸ ਪਿੰਡ ਪੰਜ ਪੰਜ ਆ ਦਰਦ ਹੈ ਗੱਜ ਕੇ ਆਖੋ ਇਹ ਮੇਰੇ ਗੁਰੂ ਗ੍ਰੰਥ ਸਾਹਿਬ ਬਿਜ਼ਨਸ ਨਹੀਂ ਇਹਨਾਂ ਦਾ ਅਸਲੀ ਸਤਿਕਾਰ ਘਰ ਘਰ ਪਹੁੰਚੇ ਅੱਜ ਸਵੇਰੇ ਹੀ ਦਾਸ ਦਾ ਬੇਟਾ ਨੂੰਹ ਬੇਟੀ ਵੋਟੀ ਵੀ ਬੱਚੀ ਵੀ ਪੋਤਰੀ ਵੀ ਸਾਰੇ ਲਹਿਰੇ ਖਾਨੇ ਗਏ ਸੀ ਕੱਲ੍ਹ ਉੱਥੇ ਦੀਵਾਨ ਚੱਲ ਰਹੇ ਬਾਬਾ ਜੀ ਕਹਿੰਦੇ ਹਾਜ਼ਰੀ ਜਥੇ ਰੋਜ਼ ਪਰ ਇਹਨਾਂ ਦੀ ਇੱਕ ਨਾਲ ਅਮਨਦੀਪ ਸਿੰਘ ਜੂਨੀਅਰ ਤੀਜਾ ਗੁਰਕਿਰਪਾਲ ਸਿੰਘ ਸਕੋਟਲੈਂਡ ਵਾਲਾ ਉਹ ਇਹਨਾਂ ਤਿੰਨਾਂ ਜਥੇ ਗਏ ਸੀ ਨਾਲ ਪਰਿਵਾਰ ਇਹ ਸਵੇਰੇ ਆਏ 4:30 ਅਤੇ ਮੈਨੂੰ ਕਹਿਣ ਲੱਗਾ ਵੀ ਮੈਂ ਪਾਪਾ ਗੱਡੀ ਸੁੱਤਾ ਨਹੀਂ ਅਤੇ ਪ੍ਰਕਾਸ਼ ਕਰ ਲਾਂ ਫਿਰ ਮੈਂ ਵੀ ਮੈਂ ਸੁੱਤਾ ਨਹੀਂ ਗੱਡੀ 'ਚ ਮੈਂ ਸੋਚੀ ਪੈ ਗਿਆ ਕਰਦਾ ਇਹ ਰੋਜ਼ ਪ੍ਰਕਾਸ਼ ਮੈਂ ਸੋਚੀ ਪੈ ਗਿਆ ਵੀ ਕੀ ਕਵਾਂ ਜੇ ਮੈਂ ਆਪ ਕਰਦਾ ਮੇਰੇ ਫਿਰ 35-40 ਮਿੰਟ ਬਾਕੀ ਨੇ ਸਾਰਾ ਰੂਟੀਨ ਇਹਦੀ ਕਹਿੰਦਾ ਵੀ ਮੈਂ ਨੀਂਦਰ ਉੱਡ ਭਰੀ ਪਈ ਕਹੋ ਪ੍ਰਕਾਸ਼ ਕਰਕੇ ਵੀ ਮੈਂ ਉਂਝ ਸੁੱਚਾ ਵਾਂ ਲੈਟਰ ਨਹੀਂ ਗਿਆ ਬਾਥਰੂਮ ਗਿਆ ਅਤੇ ਗੱਡੀ 'ਚ ਮੈਂ ਜਾਗਦਾ ਆਇਆ ਮੈਂ ਕਿਹਾ ਯਾਰ ਇਹ ਧਰਮ ਸੰਕਟ ਪੈ ਗਿਆ ਤੂੰ ਮੈਂ ਕਿਹਾ ਵੀ ਤੂੰ ਪੰਜ ਪੌੜੀਆਂ ਪੜ੍ਹ ਕੇ ਪਰਚੀਆਂ ਪਾ ਲਾ ਵੀ ਆਪਾਂ ਗਲਤੀ ਨਾ ਕਰ ਬੈਠੀਏ ਬਈ ਹੁਣ ਤੂੰ ਕਹਿੰਦਾ ਵੀ ਸੌਣ ਤੋਂ ਪਹਿਲੇ ਮੈਂ ਕਰ ਲਵਾਂ ਜਦੋਂ 8-9 ਉੱਠਾਂਗਾ ਉਦੋਂ ਮੈਂ ਇਸ਼ਨਾਨ ਕਰ ਲਾਂ ਮੈਂ ਕਿਹਾ ਵੀ ਤੂੰ ਪਰਚੀ ਪਾ ਲਿਆ ਵੀ ਇਸ ਤਰ੍ਹਾਂ ਮੈਂ ਸਾਰੀ ਰਾਤ ਸੁੱਤਾ ਨਹੀਂ ਜਾਗਦਾ ਰਿਹਾ ਅਤੇ ਪ੍ਰਕਾਸ਼ ਕਰ ਲਾ ਨੇ ਜਦੋਂ 5 ਪੌੜੀਆਂ ਪਾ ਕੇ ਪਰਚੀ ਚੱਕੀ ਪਰਚੀ ਆ ਗਈ ਨਾਂ ਦੀ ਆਖੋ ਸਾਹਿਬ ਉਦੋਂ ਜਦੋਂ ਨਾਂ ਦੀ ਪਰਚੀ ਆਈ ਨਾ ਜੀ ਮੇਰਾ ਸਿਰ ਨਾ ਬਾਬਾ ਆਨੰਦ ਸਿੰਘ ਦੇ ਚਰਨਾਂ 'ਚ ਝੁਕਦਾ ਹੀ ਜਾਵੇ ਮੈਂ ਕਿਹਾ ਬਾਬਾ ਜੀ ਵੇਖ ਲਓ ਐਵੇਂ ਨਹੀਂ ਮਰਿਆਦਾ ਬੰਨੀਆਂ ਕਿ ਕੇਸੀ ਇਸ਼ਨਾਨ ਕਰਕੇ ਗੱਜ ਕੇ ਆਖੋ ਸਾਹਿਬ ਗੁਰੂ ਸਾਹਿਬ ਨੇ ਵੀ ਆਗਿਆ ਨਹੀਂ ਦਿੱਤੀ ਫਿਰ ਦਾਸ ਨੇ ਨਿਭਾਈ ਮੈਂ ਕਿਹਾ ਤੈਨੂੰ ਨੀਂਦਰ ਚੜੀ ਤੂੰ ਆਰਾਮ ਕਰ ਗੁਰੂ ਸਾਹਿਬ ਨੇ ਆਖਿਆ ਇਸ ਤਰ੍ਹਾਂ ਨਹੀਂ ਕਰਨਾ ਵੀ ਭਾਵੇਂ ਰਾਤ ਜਾਗੇ ਹਾਂ ਨਹੀਂ ਗਏ ਜੰਗਲ ਪਾਣੀ ਬਾਥਰੂਮ ਗਏ ਹਾਂ ਗੁਰੂ ਸਾਹਿਬ ਨੇ ਬਾਜਾਂ ਵਾਲੇ ਨੇ ਆਗਿਆ ਨਹੀਂ ਦਿੱਤੀ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਮੈਂ ਜੋੜ ਟਿਕਾ ਗਿਆ ਉਹ ਗੁਰੂ ਗ੍ਰੰਥ ਸਾਹਿਬ ਵਰਕੇ ਪੋਥੀ ਨਹੀਂ ਉੱਥੇ ਜੇ ਘਰ ਪ੍ਰਕਾਸ਼ ਰੱਖਣਾ ਤੇ ਸੋਚਮ ਤਾਂ ਪੂਰੀ ਰੱਖਣੀ ਉਦੋਂ ਮੇਰਾ ਸਿਰ ਝੁਕਿਆ 2 ਮਿੰਟ ਲਈ ਗੁਰੂ ਸਾਹਿਬ ਨੇ ਵੀ ਆਗਿਆ ਨਹੀਂ ਦਿੱਤੀ ਪੰਜ ਪੌੜੀ ਨਾਂ ਦੀ ਪਰਚੀ ਆ ਗਈ ਕਈ ਵਾਰੀ ਫਿਰ ਧਰਮ ਸੰਕਟ ਪੈ ਜਾਏ ਫਿਰ ਬੈਠੇ ਬੈਠੇ ਪਾ ਲਈ ਦੀ ਤੁਸੀਂ ਘੜੀ ਮੁੜੀ ਨਾ ਕਦੇ ਪਾਇਓ ਆਖੋ ਸਾਧਨਾ ਪਾਉਣ ਤੋਂ ਬਾਅਦ ਚੱਲ ਨਾ ਸਕੀਏ ਫਿਰ ਉਹ ਬਿੱਦ ਵੀ ਹੋ ਜੂਗੀ ਪਹਿਲੇ ਮੈਂ ਵੀ ਸੋਚ ਲਿਆ ਵੀ ਦੋਵੇਂ ਬੰਨੇ ਚੱਲ ਪਏ ਗਏ ਜੋ ਆ ਗਈ ਫਿਰ ਦਾਸ ਨੇ ਡਿਊਟੀ ਕਿਉਂਕਿ ਜੋ ਜਗਾਉਣੀ ਹੁੰਦੀ ਹੈ ਉਹ ਬੁਲਾਉਣਾ ਹੁੰਦਾ ਸਾਰੀ ਉਹ ਸਰੂਪਾਂ ਦੀ ਸੇਵਾ 40 ਮਿੰਟ ਲੱਗ ਜਾਂਦੇ 35-40 ਮਿੰਟ ਗੱਲ ਸੁਣਜੋ ਦਰਦ ਇਹ ਭਾਈ ਸੁਥਰੇ ਸ਼ਾਹ ਜੀ ਦਾ ਤੀਜਾ ਗੁਣ ਸੀ ਦਰਦ ਸੀ ਉਹ ਦਰਦ ਸੁਣ ਲਿਓ ਜੀ ਬਸ ਬਾਜਿਆਂ ਵਾਲੇ
ਆਪਣੇ ਦੀਵਾਨ ਨੂੰ ਤੇ ਖਜ਼ਾਨਚੀ ਨੂੰ ਦੋਵਾਂ ਦਾ ਲਿਖਿਆ। ਹੋਲੇ ਮੱਲੇ ਤੋਂ ਕੁਝ ਦਿਨ ਪਹਿਲੇ ਕਹਿੰਦੇ ਸਾਰੇ ਬੰਨੇ ਸੁਨੇਹ ਭੇਜੋ, ਸੰਗਤਾਂ ਪਹੁੰਚਣ ਆਨੰਦਪੁਰ ਸਾਹਿਬ। ਆਖੋ ਸਾਹਿਬ, ਹੋਲੇ ਮੱਲੇ ਵਾਲੇ ਦਿਨ ਸੰਗਤਾਂ ਆ ਗਈਆਂ ਤੇ ਸਾਡਾ ਬਾਜਾਂ ਵਾਲਾ ਬੜਾ ਇਕੱਠ। ਬਾਜਾਂ ਵਾਲੇ ਕਹਿੰਦੇ ਗੁਲਾਲ ਵੀ ਮੰਗਾਓ, ਅਤਰ ਵੀ ਮੰਗਾਓ, ਕੇਸਰ ਵੀ ਮੰਗਾਓ, ਖੁਸ਼ਬੂਆਂ ਵੀ ਮੰਗਾਓ। ਮੈਂ ਛੋਟਾ ਹੁੰਦਾ ਸਾਂ, ਮੰਮਾ ਭੈਣ ਜੀ ਨੂੰ ਪਤਾ ਛੋਟੀ ਸ਼ਹੀਦਾਂ ਹੁਣ ਮਾਤਾ ਜੀ ਚੜ੍ਹਾਈ ਕਰ ਗਏ, ਮਾਤਾ ਕਿਰਪਾਲ ਕੌਰ ਜੀ, ਉਹ ਪੜ੍ਹਾਉਂਦੇ ਹੁੰਦੇ ਸੀ ਜੀ, ਲੋਕਾਂ ਦੀਆਂ ਹੋਲੀਆਂ ਤੇ ਖਾਲਸਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਜੀ ਤਵਾਰੀ ਖਾਲਸਾ, ਬੜਾ ਇਕੱਠ ਹੋ ਗਿਆ ਜੀ, ਇੱਕ ਦੂਜੇ ਤੇ ਗੁਲਾਲ ਅਤਰ ਸੈਂਟ, ਗਤਕੇ ਦੇ ਕੌਤਕ ਹੋ ਰਹੇ। ਉਧਰ ਹੋਲੀ, ਇਧਰ ਹੋਲਾ ਮਹੱਲਾ, ਔਗਣਾ ਤੇ ਹੱਲਾ। ਆਖੋ ਸਾਧਨਾ, ਕੇਸਰੀ ਦਸਤਾਰ ਐ ਖੰਡੇ ਲੱਗੇ। ਭਾਈ ਨੰਦ ਲਾਲ ਜੀ ਨੇ ਇੱਥੋਂ ਤੱਕ ਲਿਖਿਆ ਕਿ ਜ਼ਮੀਨ ਤੇ ਅਸਮਾਨ ਲਾਲੋ ਲਾਲ ਹੋ ਗਿਆ। ਲਾਲੋ ਲਾਲ ਕੋਈ ਉੱਠੇ ਨਾ ਜੀ, ਦੋ ਤਿੰਨ ਮਿੰਟ ਬਹਿ ਜਾਓ, ਬਹੁਤਾ ਲੰਬਾ ਨਹੀਂ ਆਪਾਂ ਕਰਨਾ। ਲਾਲੋ ਲਾਲ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਖਾਲਸਾ ਲਿਖਿਆ, ਤੁਹਾਨੂੰ ਬੜਾ ਆਨੰਦ ਆਏਗਾ। ਸਾਡਾ ਬਾਜਾਂ ਲਾਇਆ ਬੈਠਾ ਸਿੰਘਾਸਨ, ਐ ਤਖਤ ਤੇ ਬੈਠੇ ਪਿਤਾ ਜੀ, ਸੰਗਤਾਂ ਕੀਰਤਨ ਵੀ ਹੋ ਰਿਹਾ, ਉਧਰੋਂ ਹੋਲਾ ਮਹੱਲਾ ਮਨਾਇਆ ਜਾ ਰਿਹਾ, ਖਾਲਸੇ ਦੇ ਕਰਤਵ ਹੋ ਰਹੇ ਆ। ਤੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਰਾਗੀ ਸਿੰਘਾਂ ਨੇ ਆ ਸ਼ਬਦ ਲਾਇਆ ਜੀ, ਤੁਹਾਨੂੰ ਸ਼ਬਦ ਚੋਂ ਸਮੇਂ ਦੇ ਦਰਸ਼ਨ ਹੋਣਗੇ। ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ। ਬੋਲੋ ਭੈਣੋ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ। ਪ੍ਰਭ ਕੌਣ ਹੋਇਆ ਜੀ? ਬਾਜਾਂ ਲਾ ਪ੍ਰਭ ਸਾਧ, ਪ੍ਰਭੂ ਸੰਗੀ ਕੌਣ ਤੁਸੀਂ? ਉਸ ਵੇਲੇ ਹੋਲੇ ਮੱਲੇ ਵਾਲੇ ਦਿਨ ਮਿਲ ਕੇ ਫਿਰ ਖੇਲਣ ਲਾਗ ਗੱਜ ਕੇ। ਆਖੋ ਸਾਧ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ। ਓਏ ਆਜ ਹਮਾਰੇ ਬਨੇ ਪਾਰ, ਆਜ ਹਮਾਰੇ ਬਨੇ ਪਾਰ, ਹਾਂਜੀ ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ, ਪ੍ਰਭ ਸੰਗੀ ਮਿਲ ਖੇਲਣ ਲਾ। ਪੰਦਰਾਂ ਵੀਹ ਮਿੰਟ ਮਿਲੇ ਜਥੇ ਨੂੰ, ਉਹਨੇ ਸਮਾਪਤੀ ਕੀਤੀ। ਦੂਜਾ ਜਥਾ ਬੈਠਾ, ਸਾਡੇ ਪਿਤਾ ਜੀ ਬੈਠੇ ਸਿੰਘਾਸਨ। ਮਹਾਰਾਜ ਕਹਿੰਦੇ ਤੈਂ ਕਿਹੜਾ ਸ਼ਬਦ ਪੜੇਗਾ, ਅੱਜ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ। ਆਖੋ ਸਰ, ਇਹ ਫਿਰ ਕਵੀ ਭਾਈ ਸੰਤੋਖ ਸਿੰਘ ਗਿਆਨੀ ਗਿਆਨ ਸਿੰਘ ਜੀ ਹੋਰ ਰਾਈਟਰਾਂ ਨੇ ਲਿਖਿਆ, ਫਿਰ ਦੂਜੇ ਰਾਗੀ ਨੇ ਵੀ ਉਹ ਸਬਜੈਕਟ ਲਿਆ। ਇਹ ਵਿਧੀਆਂ, ਇਹ ਮਰਿਆਦਾ,
ਕਿ ਬਰੀਕੀਆਂ ਨੇ ਗੁਰੂ ਕਰਦੀ ਆ। ਉਹਨੇ ਕਿਹੜਾ ਸ਼ਬਦ ਲਿਆ ਜੀ, ਰਾਮ ਰੰਗ ਕਦੇ ਉਤਰ ਨਾ ਜਾਏ, ਰਾਮ ਰੰਗ ਕਦੇ ਉਤਰ ਨਾ ਜਾਏ। ਗੁਰਪੂਰਾ ਜਿਸ ਤੇ ਬੁਝਾਏ, ਗੁਰਪੂਰਾ ਜਿਸ ਤੇ ਬੁਝਾਏ, ਰਾਮ ਰੰਗ ਕਦੇ ਉਤਰ ਨਾ ਜਾਏ, ਰਾਮ ਰੰਗ ਕਦੇ ਉਤਰ ਨਾ ਜਾਏ। ਭਾਈ ਨੰਦ ਲਾਲ ਜੀ ਨੇ ਵੀ ਉਸ ਵੇਲੇ ਜੀ ਗੁਲ ਹੋਲੀ, ਇਹ ਫਾਰਸੀ ਹੈ, ਗੁਲ ਹੋਲੀ ਬਬਾਗ ਦਹਿਰ ਬੂ ਕਰ, ਲੰਬ ਚੁ ਗੁੰਚੇ ਰਾਂ ਪਰਖੰਦਾ ਖੂ ਕਰ। ਗੁਲਾਬੋ ਨਾਂ ਲਏ ਉਹਨਾਂ ਨੇ ਜੋ ਉਸ ਵੇਲੇ ਗੁਲਾਬ ਛਿਣਕਿਆ ਜਾ ਰਿਹਾ। ਅੰਬਰੋ ਮੁਸ਼ਕੋ ਅਮੀਰੇ, ਕਹਿੰਦੇ ਸਾਰਾ ਕਾਸ਼ ਬ੍ਰਹਿਮੰਡ ਖੁਸ਼ਬੂਆਂ ਦੇ ਨਾਲ, ਕੋਈ ਅੱਤਰ ਪਾ ਰਿਹਾ, ਕੋਈ ਕੁਝ, ਸਾਰੇ ਐ ਕੇਸਰੀ ਰੰਗ ਵਿੱਚ ਦਸਤਾਰੇ ਸਜਾਏ। ਜਰਾ ਵੇਖਿਓ ਸੁਤਰੇ ਸ਼ਾਹ ਦਾ ਦਰਦ, ਐ ਪੂਰਾ ਸਮਾਂ ਵੱਜਿਆ ਪਿਆ। ਤੇ ਸੰਗਤ ਜੀ ਅੱਜ ਜਿਹਨਾਂ ਦਾ ਜ਼ਿਕਰ ਸੁਣ ਰਹੇ ਹੋ, ਭਾਈ ਸੁਥਰੇ ਸ਼ਾਹ ਛੇਵੇਂ ਪਾਤਸ਼ਾਹ ਤੋਂ ਚੱਲੇ, ਵੇਖੋ ਬਾਜਾਂ ਵਾਲੇ ਤੱਕ ਪਹੁੰਚ ਗਏ। ਤੇ ਭਾਈ ਸੁਥਰੇ ਸ਼ਾਹ ਸਾਰਾ ਸਰੀਰ ਕਾਲਾ ਕਰਕੇ ਆ ਗਏ, ਆਖੋ ਸਰ, ਬਾਹਾਂ ਵੀ ਕਾਲੀਆਂ, ਕੱਪੜੇ ਵੀ ਕਾਲੇ, ਮੁੱਖ ਵੀ ਕਾਲਾ, ਸਾਰੇ ਲਾਲ ਗੁਲਾਲ ਰੰਗ ਚ ਰੰਗੇ ਪਏ ਆ। ਉਹ ਕਾਲੇ ਬਣ ਕੇ ਆ ਗਏ, ਨਾਲ ਭਾਈ ਸੁਥਰੇ ਸ਼ਾਹ ਦੀ ਵੀ ਫੌਜ ਸੀ ਪੂਰੀ, ਆਖੋ ਸਤਨਾ, ਜਿਹੜੇ ਉਹਨਾਂ ਨਾਲ ਅਟੈਚ ਸੀ ਉਹ ਸਾਰੇ ਮਗਰ। ਤੇ ਸਾਰੇ ਫਿਰ ਕਹਿਣ ਲੱਗੇ, ਵੇਖੋ ਬਾਜਾਂ ਲਿਆ, ਅੱਜ ਫਿਰ ਨਵਾਂ ਕੰਮ ਕਰਦਾ ਜਿਹਨੇ, ਆਖੋ ਸਤਨਾ, ਸਾਰੇ ਲਾਲ ਗੁਲਾਲ ਐ ਹੋਲਾ ਮਹੱਲਾ ਮਨਾ ਰਹੇ, ਮਹਾਰਾਜ ਵੇਖੋ ਕੀ ਬਣ ਕੇ ਆ ਗਿਆ। ਆਸਣ ਤੇ ਬੈਠੇ ਬੈਠੇ ਨਾ ਬਾਜਾਂ ਲੈ ਕਹਿੰਦੇ, ਕਹਿੰਦੇ ਸੁਥਰੇ ਆ ਕੀ ਬਣਾ ਹੈ, ਸਾਰਾ ਹੀ ਕਾਲਾ। ਔਰ ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ, ਲੰਗਰ ਚੋਂ ਸਾਰੀ ਕਾਲਕ ਮੱਲੀ, ਲੰਗਰ ਦੀ ਭੱਠੀ ਚੋਂ, ਆਖੋ ਸਾਧਨ, ਉੱਥੋਂ ਸਾਰੀ ਉਹਨੂੰ ਸ਼ੱਕ ਨਾ ਰਹਿ ਜੇ। ਇਤਨੇ ਨੂੰ ਸੁਥਰਾ ਚੱਲ ਆਏ ਹੋ, ਸ੍ਰੀ ਗੁਰਪ੍ਰਤਾਪ ਸਿੰਘ ਜੀ ਦਾ, ਇਤਨੇ ਨੂੰ ਸੁਥਰਾ ਚੱਲ ਆਏ ਹੋ, ਨੱਖ ਸਿੱਖ ਕਾਰਸ ਦੇ ਲਗਾਏ ਹੋ। ਨੱਖ ਨੌ, ਨੱਖ ਦਰ ਦੇ ਨੌ, ਨੌਆਂ ਤੋਂ ਲੈ ਕੇ ਸਿੱਖ, ਸਿੱਖ ਦਰ ਦੇ ਸਿਰ, ਨੌਵਾਂ ਤੋਂ ਨੌ ਵੀ ਕਾਲੇ ਕੀਤੇ, ਨੌਵਾਂ ਤੋਂ ਲੈ ਕੇ ਸਿਰ ਤੱਕ ਕਾਲਕ ਮੱਲੀ ਹੋਈ। ਆ ਗਿਆ ਦਿਮਾਗ, ਬਾਜਾਂ ਲੈ ਕਹਿੰਦੇ ਆ ਕੀ ਬਣੇ, ਜਿਹੜਾ ਸੁਣਿਓ ਦਰਦ। ਸੁਥਰਾ ਸ਼ਾਹ ਜੀ ਕੀ ਕਹਿੰਦੇ ਹੈ, ਇੰਜ ਹੱਥ ਜੋੜੇ ਬਾਜਾਂ ਲੈ ਕਹਿੰਦੇ, ਮਹਾਰਾਜ ਤੁਹਾਡਾ ਪੰਥ ਸਾਰਿਆਂ ਤੋਂ ਸ੍ਰੇਸ਼ਟ ਹੈ, ਤੁਹਾਡਾ ਖਾਲਸਾ ਪੰਥ ਸਤਿਗੁਰੂ ਇਹ ਸਭ ਤੋਂ ਉੱਚ, ਸਭ ਤੋਂ ਨਿਰਾਲਾ। ਅੱਜ ਤੁਸੀਂ ਚਿੱਠੀਆਂ ਪਾਈਆਂ ਤੇ ਹੋਲੇ ਮਹੱਲੇ ਤੇ ਇਕੱਠਾ ਕੀਤਾ, ਸਾਰਾ ਪੰਥ ਇੰਨਾ ਸੋਹਣਾ ਲੱਗਦਾ ਪਿਆ, ਇੰਨਾ ਸੋਹਣਾ ਲੱਗਦਾ ਪਿਆ, ਤੇ ਮੈਂ ਸੋਚਿਆ ਕਿਸੇ ਤੁਰਕ ਦੀ, ਕਿਸੇ ਮੋਮਨ ਦੀ, ਕਿਸੇ ਹੋਰ ਦੀ, ਗੁਰੂ ਗੋਬਿੰਦ ਸਿੰਘ ਤੇਰੇ ਪੰਥ ਨੂੰ ਨਜ਼ਰ ਨਾ ਲੱਗ ਜੇ, ਮੈਂ ਵਿੱਚ ਨਜ਼ਰ ਵੱਟੂ ਬਣ ਕੇ ਆ ਗਿਆ। ਦਰਦ ਵੇਖ ਲੈ, ਮੈਂ ਵਿੱਚ ਨਜ਼ਰ ਵੱਟੂ ਬਣ ਕੇ ਆ ਗਏ। ਹੁਣ ਜਰਾ ਲਫ਼ਜ਼ ਸੁਣਿਓ ਤਾਂ ਕਿ ਸਬਜੈਕਟ ਨਾ ਹਿੱਲ ਜੇ। ਗੁਰੂ ਗੋਬਿੰਦ ਸਿੰਘ ਨੇ ਜਵਾਬ ਕੀ ਦਿੱਤਾ ਸੁਣਿਓ। ਗੁਰੂ ਗੋਬਿੰਦ ਸਿੰਘ ਕਹਿੰਦੇ, ਸੁਥਰਿਆ ਇਹ ਗੁਰੂ ਨਾਨਕ ਦਾ ਘਰ ਹੈ, ਇਹ ਗੁਰੂ ਨਾਨਕ ਦਾ ਘਰ ਏ, ਤੇ ਜਿਹੜਾ ਗੁਰੂ ਨਾਨਕ ਦਾ ਘਰ ਏ ਇਹ ਸਾਰਿਆਂ ਤੋਂ ਬਲੀ ਏ।
ਗੱਲਾਂ ਸੁਣਿਓ। ਸਭ ਪਰ ਬਲੀ ਰਹੇ ਬਲ ਧਰ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਚੀਜ਼ਾਂ ਨਾ ਬੈਟਰੀਆਂ ਚਾਰਜ ਕਰਿਆ ਕਰੋ। ਜਿਹੜੇ ਮਾੜਾ ਮੋਟਾ ਹੋ ਜਾਂਦਾ ਨਾ, ਆ ਨਾ ਨਾਰਾਜ਼ ਹੋ ਜੇ, ਆ ਨਾ ਹੋ ਜੇ। ਸਭ ਪਰ ਬਲੀ ਰਹੇ ਬਲ ਧਰ ਹੈ, ਹਿੰਦੂ ਤੁਰਕ ਨਾ ਸੰਮਤ ਕਰ ਹੈ, ਇਹਨਾਂ ਦੇ ਮੁਕਾਬਲੇ ਨਹੀਂ ਨੇ ਉਹ। ਨੈ ਇਸਕੇ ਟਿਕ ਸਕੇ ਅਗਾਰੀ, ਇਹਦੇ ਅੱਗੇ ਕੋਈ ਨੀ ਟਿਕ ਸਕਦਾ। ਗੱਜ ਕੇ ਆਖੋ ਸਤਨਾ। ਸਭ ਪਰ ਫਹਿਰਾਵੇ ਨਿਜਕਾਰੀ, ਧਿਆਨ ਦੇਣਾ ਸੰਗਤ। ਗੁਰੂ ਗੋਬਿੰਦ ਸਿੰਘ ਦੀ ਗੱਲ ਨੂੰ ਪੂਰਾ ਸੁਣਿਓ। ਸੰਗਤਾਂ ਵਿੱਚ ਮੈਂ ਵਿੱਚ ਅਨਾਊਂਸਮੈਂਟ ਕਰ ਰਿਹਾ, ਥੋੜੀ ਜਗ੍ਹਾ ਵੀ ਬਣਾ ਦਿਓ। ਅੱਜ ਸਿਵਲ ਲਾਈਨ ਦੀਆਂ ਸੰਗਤਾਂ ਦੇ ਵੱਡੇ ਭਾਗ ਨੇ, ਤਕਰੀਬਨ 20-22 ਮੁਲਕਾਂ ਤੋਂ ਜਿਹੜੀ ਸੰਗਤ ਤਖ਼ਤ ਹਰਿਮੰਦਰ ਪਟਨਾ ਸਾਹਿਬ ਦਰਸ਼ਨ ਕਰਨ ਇਟਲੀ, ਚੀਨ, ਅਮਰੀਕਾ, ਇੰਗਲੈਂਡ ਤੋਂ ਆਈ ਹੈ, ਉਹ ਸਾਰਾ ਗਰੁੱਪ ਅੱਜ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਇਆ ਜੀ। ਜਗ੍ਹਾ ਵੀ ਦੇਣੀ ਹੈ। ਗਿਆਨੀ ਹਰਭਜਨ ਸਿੰਘ ਜੀ ਯੋਗੀ, ਜਿਨ੍ਹਾਂ ਨੇ ਗੋਰਿਆਂ ਨੂੰ, ਅਮਰੀਕਨਾਂ ਨੂੰ, ਇਹ ਬਾਹਰਲੇ ਮੁਲਕਾਂ ਵਿੱਚ ਵੀ ਬਾਜਾਂ ਵਾਲੇ ਦੀ ਸਿੱਖੀ ਦਾ ਢੰਡੋਰਾ ਦਿੱਤਾ। ਉਹ ਆਪ ਚੋਲਾ ਬਦਲ ਚੁੱਕੇ ਨੇ, ਉਹਨਾਂ ਦੇ ਜਵਾਈ ਬੇਟੇ ਸਤਪਾਲ ਸਿੰਘ ਜੀ ਗੁਰਮੁਖ ਪਿਆਰੇ, ਨਾਲ ਉਹਨਾਂ ਦੇ ਹੋਰ ਸਹਿਯੋਗੀ, ਆਹ ਦਿੱਲੀ ਤੋਂ ਵੀ ਗੁਰਮੁਖ ਪਿਆਰੇ। ਆਪਾਂ ਮੈਂ ਭੈਣ ਜੀ ਇੱਥੇ ਜਗ੍ਹਾ ਬਣਾ ਦਿਓ। ਇਹ ਹੁਣ ਸਾਰੇ ਤੁਹਾਡੇ ਸਾਹਮਣੇ ਆਉਣਗੇ, ਕੋਈ ਗੋਰਾ ਹੈ ਅਤੇ ਕੋਈ ਚਾਈਨੀ ਹੈ, ਅਤੇ ਉੱਠਣਾ ਕਿਸੇ ਨੇ ਨਹੀਂ। ਬਹਿ ਜਾਓ ਸਾਰੇ, ਅੱਜ 5 ਮਿੰਟ ਲੇਟ ਹੋ ਜਾਓਗੇ। ਅਤੇ ਕੋਈ ਕੋਈ ਰਸ਼ੀਅਨ ਹੈ, ਕੋਈ ਕਿੱਧਰ, ਵੇਖੋ ਬਾਬੇ ਨਾਨਕ ਦੇ ਪੰਥ ਦੀਆਂ ਗੂੰਜਾਂ। ਆ ਦਸਮੇਸ਼ ਵੀਡੀਓ ਨੂੰ ਬੇਨਤੀ, ਆਪਣੀ ਕੰਟਰੋਲ ਸੰਭਾਲੋ ਇੱਧਰ, ਸਾਰਿਆਂ ਦਾ ਬਾਹਰ ਸੰਗਤਾਂ ਨੂੰ ਦਰਸ਼ਨ ਕਰਾਓ। ਆ ਜਿਹੜੇ ਬਾਹਰਲੇ ਮੁਲਕਾਂ ਦੇ 20-25 ਮੁਲਕਾਂ ਤੋਂ ਜਿਹੜੇ ਇਹਨਾਂ ਨੇ ਹੁਣ ਕੱਲ੍ਹ ਪਰਸੋਂ ਉੱਧਰ ਪਟਨਾ ਸਾਹਿਬ ਵੱਲ ਚਾਲੇ ਪਾਉਣੇ ਹੈ, ਗੁਰੂ ਰਾਮਦਾਸ ਦੀ ਨਗਰੀ 'ਚ ਆਏ ਨੇ, ਇੱਧਰ ਸਾਰੇ ਪਾਸੇ ਹਾਜ਼ਰੀਆਂ ਭਰ ਰਹੇ ਨੇ। ਅਤੇ ਗੱਲ ਪੂਰੀ ਕਰ ਲਾਂ, ਹੋਲੇ ਮਹੱਲੇ ਦਾ ਦਿਨ ਸੀ ਅਤੇ ਸੁਥਰਾ ਸ਼ਾਹ ਕਾਲਾ ਕਾਲਾ ਮੁੱਖ, 9 ਤੱਕ ਕਾਲੇ ਬਾਜਾਂ ਵਾਲੇ ਕਹਿੰਦੇ ਇਹ ਕੀ ਕਹਿੰਦਾ ਜੀ, ਅੱਜ ਪੰਥ ਬੜਾ ਸੋਹਣਾ ਲੱਗ ਰਿਹਾ, ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਬਾਜਾਂ ਵਾਲੇ ਕਹਿੰਦੇ ਖਾਲਸਾ ਪੰਥ ਸਭ ਤੋਂ ਬਲੀ ਹੈ, ਸੁਥਰਿਆ ਸਭ ਤੋਂ ਸ੍ਰੇਸ਼ਟ ਹੈ, ਇਹਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਸੁਥਰਿਆ, ਜਿਹੜਾ ਤੂੰ ਕਾਲਾ ਸਾਰਾ ਰੂਪ ਧਾਰ ਕੇ ਆਇਆ, ਤੂੰ ਇਸ ਪੰਥ ਦੇ ਵਾਸਤੇ ਦਰਦ ਰੱਖਿਆ। ਸੁਣਿਓ, ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰੇ ਇਸ ਰੂਪ ਵਿੱਚ ਪੰਥ ਦਾ ਦਰਦ ਛੁਪਿਆ ਹੋਇਆ, ਭਲਾ ਛੁਪਿਆ ਹੋਇਆ। ਤੇ ਹੁਣ ਅਖੀਰਲੇ ਭਜਨ ਸੁਣਿਓ, ਮਹਾਰਾਜ ਕਹਿੰਦੇ ਨਜ਼ਰ ਨਹੀਂ ਲੱਗਦੀ ਪਰ ਤੂੰ ਜੋ ਕੀਤਾ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਇਹਦੀ ਵਾੜ ਲਈ, ਤੇਰੇ ਕਰਨ ਪਿੱਛੇ ਦਰਦ ਹੈ, ਸੱਚਾਈ ਹੈ। ਉਸ ਵੇਲੇ ਬਾਜਾਂ ਵਾਲੇ ਨੇ ਆਖਿਆ ਸੁਥਰਿਆ, ਤੇਰੇ ਨਾਲ ਬਚਨ ਕਰਦੇ ਹਾਂ, ਤੂੰ ਗੁਰੂ ਨਾਨਕ ਦੇ ਚਲਾਏ ਹੋਏ ਪੰਥ ਦਾ ਭਲਾ ਸੋਚਿਆ ਤੇ ਇਹ ਪੰਥ ਜਿਹੜਾ ਸੰਗਤਾਂ ਹਰ ਵੇਲੇ ਤੇਰਾ ਭਲਾ ਲੋਚਣਗੇ। ਇਹੀ ਸਬਜੈਕਟ ਅਗਲੀ ਵਾਰੀ ਇਸੇ ਤਰ੍ਹਾਂ ਰਸ ਲੈਣਾ ਸਾਰਿਆਂ ਨੇ ਜੀ, ਸਾਰੇ ਕਿਰਪਾ ਕਰੇ ਜੀ। ਗੁਰਮੁਖ ਪਰੇ
ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਪੁਰਸ਼ਾਂ ਦੀ ਆਸੀਸ ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਸਤਕਾਰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਸੱਤਵੀਂ ਲਹਿਰ ਜੋ ਕਿ ਨਵੰਬਰ 2019 ਵਿੱਚ ਆ ਰਹੇ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਸ਼ੁਰੂ ਕੀਤੀ ਗਈ ਹੈ। ਸੱਤਵੀਂ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਇਸ ਲਹਿਰ ਨੂੰ ਸਮਰਪਿਤ ਸੰਗਤਾਂ ਵੱਲੋਂ ਕੀਤੇ ਜਾ ਰਹੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ਼੍ਰੀ ਜਪਜੀ ਸਾਹਿਬ ਜੀ ਅਤੇ ਗੁਰੂ ਮੰਤਰ ਜਾਪ ਦਾ ਪਹਿਲਾ ਅਰਦਾਸ ਸਮਾਗਮ ਮਿਤੀ 24 ਜੂਨ ਦਿਨ ਸ਼ਨੀਵਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ ਹੈ, ਜਿਸ ਵਿੱਚ ਸੰਤ ਮਹਾਂਪੁਰਸ਼ ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਕੀਰਤਨੀਏ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ। ਆਪ ਜੀ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਆਪ ਜੀ ਤੋਂ ਸਤਿਗੁਰੂ ਜੀ ਨੇ ਕਿਤਨੀ ਸੇਵਾ ਲਈ ਹੈ, ਆਪ ਜੀ ਨੇ ਇਹਨਾਂ ਨੰਬਰਾਂ ਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। 98 765 25 820 25 27 30 ਅਤੇ 33।